ਆਪਾਂ ਹੁਣ ਤੀਕਰ ਕਰਿਆ ਕੀ ਹੈ? ਦੇਖੋ ਆਪਾਂ ਮੁਗਲ ਅੰਪਾਇਰ ਦੀ ਗੱਲ ਕਰਦੇ ਪਏ ਹਾਂ, ਜਿਸ ਦੇ ਵਿੱਚ ਆਪਾਂ ਮੁਗਲ ਅੰਪਾਇਰ ਦੇ ਫਾਊਂਡਰ ਬਾਬਰ ਬਾਰੇ ਡਿਸਕਸ ਕਰ ਚੁੱਕੇ ਹਾਂ। ਔਰ ਬਾਬਰ ਤੋਂ ਬਾਅਦ ਬਾਬਰ ਦਾ ਲੜਕਾ ਹਮਾਯੂ ਨੂੰ ਅੱਜ ਆਪਾਂ ਡਿਸਕਸ ਕਰ, ਤੋ ਬਿਨਾਂ ਦੇਰੀ ਸ਼ੁਰੂ ਕਰਦੇ ਹਾਂ। ਦੇਖੋ ਮੁਗਲ ਸਾਮਰਾਜ ਦੀ ਗੱਲ ਕਰੀਏ ਤਾਂ ਆਪਾਂ 1526 ਤੋਂ ਲੈ ਕੇ ਜਦੋਂ ਬਾਬਰ ਦਾ ਹਮਲਾ ਹੋਇਆ ਪਾਣੀਪਤ ਦਾ ਪਹਿਲਾਂ, ਉੱਥੋਂ ਲੈ ਕੇ 1857 ਤੱਕ ਆਪਾਂ ਮੁਗਲ ਅੰਪਾਇਰ ਨੂੰ ਡਿਸਕਸ ਕਰਨਾ ਹੈ। ਔਰ ਇਸ ਦੇ ਵਿੱਚ ਹੀ ਜੋ ਫਰਸਟ ਰੂਲਰ ਸੀਗਾ ਬਾਬਰ, ਉਹਨੂੰ ਆਪਾਂ ਡਿਸਕਸ ਕਰ ਚੁੱਕੇ। ਬਾਬਰ ਦਾ ਹੀ ਲੜਕਾ ਹਮਾਯੂ ਬਾਬਰ ਤੋਂ ਬਾਅਦ ਗੱਦੀ ਤੇ ਬੈਠਦਾ ਹੈ। ਔਰ ਹਮਾਯੂ ਦਾ ਜੋ ਟਾਈਮ ਪੀਰੀਅਡ ਹੈ ਉਹ 1530 ਤੋਂ ਲੈ ਕੇ 1540 ਤੱਕ, ਅਤੇ ਫਿਰ 1555 ਤੋਂ ਲੈ ਕੇ 1556 ਤੱਕ ਇਸਦਾ ਟਾਈਮ ਪੀਰੀਅਡ ਬਣਦਾ ਹੈ। ਤੋ ਇਹ ਦੋ ਸਟੇਜਸ ਦੇ ਵਿੱਚ ਇਸਦਾ ਟਾਈਮ ਪੀਰੀਅਡ ਕਾਊਂਟ ਕੀਤਾ ਗਿਆ। ਇਸਦਾ ਮਤਲਬ ਕਿ ਹਮਾਯੂ ਜਿਹੜਾ ਸੀਗਾ ਉਹ ਦੋ ਵਾਰ ਦਿੱਲੀ ਤੇ ਜੋ ਹੈ ਉਹ ਰਾਜ ਕਰਦਾ ਹੈ ਮੁਗਲ ਅੰਪਾਇਰ ਦੇ ਅੰਡਰ। ਐਸਾ ਕਿਵੇਂ? ਦੇਖੋ ਜੋ ਪਹਿਲੇ ਫੇਸ ਦੇ ਵਿੱਚ ਹਮਾਯੂ ਦਿੱਲੀ ਦਾ ਜੋ ਬਾਦਸ਼ਾਹ ਬਣਦਾ ਹੈ, ਲੇਕਿਨ ਉਸ ਤੋਂ ਬਾਅਦ ਇਸ ਹਮਾਯੂ ਨੂੰ ਸ਼ੇਰਸ਼ਾਹ ਸੂਰੀ ਵੱਲੋਂ ਖਦੇੜ ਦਿੱਤਾ ਜਾਂਦਾ ਹੈ ਦਿੱਲੀ ਤੋਂ, ਔਰ ਦਿੱਲੀ ਦੇ ਵਿੱਚ ਸ਼ੇਰਸ਼ਾਹ ਸੂਰੀ ਦਾ ਰਾਜ ਹੋ ਜਾਂਦਾ ਹੈ ਕੁਝ ਸਮੇਂ ਲਈ। ਬਾਅਦ ਵਿੱਚ ਹਮਾਯੂ ਫਿਰ ਵਾਪਸ ਆਉਂਦਾ ਹੈ 1555 ਵਿੱਚ, ਲੇਕਿਨ ਹੁਣ ਇਹ ਜ਼ਿਆਦਾ ਲੰਬੇ ਸਮੇਂ ਤੀਕਰ ਨਹੀਂ ਰਹਿ ਚੁੱਕਿਆ, ਕਿਉਂਕਿ 56 ਦੇ ਵਿੱਚ ਇਸਦੀ ਡੈਥ ਹੋ ਜਾਂਦੀ ਹੈ, ਜਿਸ ਕਰਕੇ ਇਹ ਜਿਹੜਾ ਸੀਗਾ ਉਹ ਥੋੜੇ ਸਮੇਂ ਦੇ ਲਈ, ਮਤਲਬ 55 ਤੋਂ 56 ਦੂਸਰੇ ਫੇਸ ਦੇ ਵਿੱਚ 1555 ਤੀਕਰ ਹੀ ਗੱਦੀ ਤੇ ਬੈਠਦਾ ਹੈ। ਔਰ ਬਾਅਦ ਵਿੱਚ ਹਮਾਯੂ ਦਾ ਬੇਟਾ ਅਕਬਰ ਨੂੰ ਜਿਹੜੀ ਹੈ ਉਹ ਗੱਦੀ ਸੌਂਪੀ ਜਾਂਦੀ। ਤੋ ਹਮਾਯੂ ਨੂੰ ਆਪਾਂ ਦੋ ਫੇਸ ਦੇ ਵਿੱਚ ਪੜਾਂਗੇ, ਠੀਕ ਹੈ? ਵਿਚਾਲੇ ਆਪਾਂ ਸ਼ੇਰਸ਼ਾਹ ਸੂਰੀ ਨੂੰ ਪੜ੍ਹਨਾ ਹੈ, ਤੋ ਆਪਾਂ ਦੇਖ ਲੈਂਦੇ ਹਾਂ ਜਾਂ ਤਾਂ ਪਹਿਲਾ ਅਤੇ ਦੂਜਾ ਫੇਸ ਹਮਾਯੂ ਦਾ ਪਹਿਲਾਂ ਹੀ ਆਪਾਂ ਕੰਪਲੀਟ ਕਰਕੇ ਫਿਰ ਸ਼ੇਰਸ਼ਾਹ ਸੂਰੀ ਪੜ੍ਹ ਲਾਂਗੇ, ਜਾਂ ਪਹਿਲਾ ਫੇਸ ਪੜ੍ਹਨ ਤੋਂ ਬਾਅਦ ਸ਼ੇਰਸ਼ਾਹ ਸੂਰੀ ਔਰ ਫਿਰ ਸ਼ੇਰਸ਼ਾਹ ਸੂਰੀ ਤੋਂ ਬਾਅਦ ਦੂਸਰਾ ਫੇਸ ਆਪਾਂ ਪੜ੍ਹਾਂਗੇ। ਸੀਕੁਐਂਸ 'ਚ ਚੱਲਾਂਗੇ, ਦੇਖ ਲੈਂਦੇ ਹਾਂ ਜਿਵੇਂ ਆਪਾਂ ਨੂੰ ਠੀਕ ਲੱਗਿਆ ਉਵੇਂ ਆਪਾਂ ਕਵਰ ਕਰ ਲਾਂਗੇ। ਤੋ ਮੁਗਲ ਸਾਮਰਾਜ ਦੇ ਵਿੱਚ ਦੂਸਰਾ ਰੂਲਰ, ਦੂਸਰਾ ਬਾਦਸ਼ਾਹ ਹਮਾਯੂ ਬਣਿਆ। ਮੁਗਲ ਸਾਮਰਾਜ ਦਾ ਦੂਸਰਾ ਬਾਦਸ਼ਾਹ ਬਣਿਆ ਹਮਾਯੂ, ਔਰ ਬਾਬਰ ਦਾ ਇਹ ਸਭ ਤੋਂ ਵੱਡਾ ਬੇਟਾ ਸੀ, ਠੀਕ ਹੈ? ਔਰ ਇਸਦਾ ਪੂਰਾ ਨਾਮ ਸੀ ਨਸੀਰੂਦੀਨ ਮੁਹੰਮਦ ਹਮਾਯੂ। ਹੁਣ ਹਮਾਯੂ ਦਾ ਜਨਮ 1508 ਈਸਵੀ ਦੇ ਵਿੱਚ ਕਾਬਲ ਦੇ ਵਿੱਚ ਹੀ ਇਸਦਾ ਜਨਮ ਹੋਇਆ, ਔਰ ਬਾਬਰ ਦੇ ਕਹਿੰਦੇ ਨੇ ਕਿ 4 ਪੁੱਤਰ ਸੀ। ਬਾਬਰ ਦੇ ਟੋਟਲ 4 ਪੁੱਤਰ ਮੰਨੇ ਜਾਂਦੇ ਨੇ, ਜਿਸ ਦੇ ਵਿੱਚੋਂ ਸਭ ਤੋਂ ਵੱਡਾ ਬੇਟਾ ਹਮਾਯੂ ਸੀ, ਫਿਰ ਉਸ ਤੋਂ ਬਾਅਦ ਕਾਮਰਾਨ, ਅਸਕਰੀ ਅਤੇ ਹਿੰਦਾਲ, ਇਹ 3 ਬੇਟੇ ਹੋਰ ਸੀ। ਤੋ ਟੋਟਲ 4 ਸੀਗੇ। ਦੇਖੋ ਹੋਇਆ ਕੀ ਕਿ ਪਾਣੀਪਤ ਦੇ ਪਹਿਲੇ ਹਮਲੇ ਵਿੱਚ ਜਦੋਂ ਬਾਬਰ ਨੇ ਇਬਰਾਹਿਮ ਲੋਧੀ ਨੂੰ ਮਾਰਿਆ ਅਤੇ ਦਿੱਲੀ ਤੇ ਅਧਿਕਾਰ ਕੀਤਾ, ਤੋ ਹਮਾਯੂ ਨੇ ਵੀ ਗਵਾਲੀਅਰ ਦੇ ਸ਼ਾਸਕ ਵਿਕਰਮਾਜੀਤ ਤੋਂ ਕੋਹਿਨੂਰ ਹੀਰਾ ਖੋਹ ਕੇ ਬਾਬਰ ਨੂੰ ਭੇਟ ਕੀਤਾ ਸੀ। ਮਤਲਬ ਇਸੇ ਸਮੇਂ ਦੌਰਾਨ ਅਗਰ ਆਪਾਂ ਪਾਣੀਪਤ ਦੀ ਗੱਲ ਕਰੀਏ ਤਾਂ ਪਾਣੀਪਤ ਦੇ ਪਹਿਲੇ ਹਮਲੇ ਵਿੱਚ ਜਦੋਂ ਬਾਬਰ ਨੇ ਇਬਰਾਹਿਮ ਲੋਧੀ ਨੂੰ ਮਾਰਿਆ ਅਤੇ ਦਿੱਲੀ ਤੇ ਅਧਿਕਾਰ ਕਰ ਲਿਆ, ਤਾਂ ਉਸੇ ਸਮੇਂ ਦੌਰਾਨ ਹੀ ਹਮਾਯੂ ਜਿਹੜਾ ਹੈਗਾ ਉਹ ਗਵਾਲੀਅਰ ਦੇ ਇੱਕ ਰਾਜੇ ਤੇ ਅਟੈਕ ਕਰ ਦਿੰਦਾ ਹੈ, ਗਵਾਲੀਅਰ ਦੇ ਇੱਕ ਸ਼ਾਸਕ ਤੇ ਅਟੈਕ ਕਰ ਦਿੰਦਾ ਜਿਸਦਾ ਨਾਮ ਹੈ ਵਿਕਰਮਜੀਤ। ਔਰ ਇਸ ਸਮੇਂ ਇਹ ਜੋ ਕੋਹਿਨੂਰ ਹੀਰਾ ਸੀਗਾ ਉਹ ਵਿਕਰਮਜੀਤ ਕੋਲੇ ਸੀ, ਜਿਸ ਕਰਕੇ ਵਿਕਰਮਜੀਤ ਤੋਂ ਇਹ ਕੋਹਿਨੂਰ ਹੀਰਾ ਖੋਹ ਕੇ ਬਾਬਰ ਨੂੰ ਭੇਟ ਜਿਹੜਾ ਸੀਗਾ ਉਹ ਕੀਤਾ ਗਿਆ ਸੀ। ਮਤਲਬ ਬਾਬਰ ਕੋਲੇ ਹੀ ਹੀਰਾ ਇਸ ਸਮੇਂ ਦੌਰਾਨ ਬਾਬਰ ਕੋਲੇ ਪਹੁੰਚਦਾ ਹੈ, ਔਰ ਇਸ ਲਈ ਉਸ ਕੋਹਿਨੂਰ ਹੀਰੇ ਨੂੰ ਬਾਬਰੀ ਡਾਇਮੰਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਬਾਬਰੀ ਹੀਰੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ। ਬਾਬਰ ਨੇ ਮਰਦੇ ਸਮੇਂ, ਜਦੋਂ ਬਾਬਰ ਦੀ ਡੈਥ ਹੁੰਦੀ ਹੈ, ਤੋ ਉਸਨੇ ਆਪਣੇ ਮਰਦੇ ਸਮੇਂ ਆਪਣੇ ਵੱਡੇ ਬੇਟੇ ਮਤਲਬ ਹਮਾਯੂ ਨੂੰ ਆਪਣਾ ਉੱਤਰਾਧਿਕਾਰੀ ਘੋਸ਼ਿਤ ਕੀਤਾ, ਦਿੱਲੀ ਦਾ ਬਾਦਸ਼ਾਹ ਘੋਸ਼ਿਤ ਕੀਤਾ, ਲੇਕਿਨ ਨਾਲ ਨਾਲ ਉਸਨੇ ਇਹ ਆਦੇਸ਼ ਵੀ ਦਿੱਤਾ ਹਮਾਯੂ। ਕੀ ਆਦੇਸ਼ ਦਿੱਤਾ? ਬਾਬਰ ਨੇ ਆਦੇਸ਼ ਦਿੱਤਾ ਕਿ ਮੇਰੇ ਮਰਨ ਤੋਂ ਬਾਅਦ ਸਾਮਰਾਜ ਨੂੰ ਆਪਣੇ ਭਰਾਵਾਂ ਦੇ ਵਿੱਚ ਡਿਵਾਈਡ ਕਰਕੇ ਚੱਲਣਾ, ਮਤਲਬ ਚਾਰੋ ਭਰਾ ਆਪਸ ਵਿੱਚ ਮੇਰੇ ਇਸ ਸਾਮਰਾਜ ਨੂੰ ਵੰਡਣਗੇ। ਹਾਂ, ਦਿੱਲੀ ਤੋਂ ਹਮਾਯੂ ਜਿਹੜਾ ਸੀ ਉਸਨੂੰ ਉੱਤਰਾਧਿਕਾਰੀ ਘੋਸ਼ਿਤ ਵੀ
ਕਰਤਾ। ਹੁਣ ਇਹ ਦੋ ਚੀਜ਼ਾਂ ਹੈ, ਜਾਂ ਤਾਂ ਹਮਾਯੂ ਆਪਣੇ ਭਰਾਵਾਂ ਨੂੰ ਮਾਰਦਾ ਔਰ ਦਿੱਲੀ ਦਾ ਬਾਦਸ਼ਾਹ ਪ੍ਰੋਪਰ ਤਰੀਕੇ ਨਾਲ ਬਣਦਾ ਔਰ ਕੋਈ ਪ੍ਰੋਬਲਮ ਨਾ ਆਉਂਦੀ। ਲੇਕਿਨ ਜਦੋਂ ਹੀ ਹਮਾਯੂ ਦਿੱਲੀ ਦਾ ਬਾਦਸ਼ਾਹ ਬਣਿਆ ਤਾਂ ਉਹ ਦੇਖਦਾ ਕਿ ਮੇਰੇ ਆਸੇ ਪਾਸੇ ਤੋਂ ਸਾਰੇ ਦੇ ਸਾਰੇ ਦੁਸ਼ਮਣ ਹੈ। ਕਿਵੇਂ ਦੁਸ਼ਮਣ ਹੈ? ਕਿਉਂਕਿ ਇਸਦਾ ਜੋ ਸਾਮਰਾਜ ਸੀ ਪੂਰੇ ਦਾ ਪੂਰਾ ਉਹ ਇਹਨਾਂ ਭਰਾਵਾਂ ਦੇ ਵਿੱਚ ਵੀ ਵੰਡਿਆ ਹੋਇਆ ਸੀ ਔਰ ਇਹਦੇ ਭਰਾ ਕਿਵੇਂ ਨਾ ਕਿਵੇਂ ਦਿੱਲੀ ਤੇ ਕਾਬਜ ਹੋਣਾ ਚਾਹੁੰਦੇ ਸੀ ਔਰ ਹਮਾਯੂ ਨੂੰ ਕਿਵੇਂ ਨਾ ਕਿਵੇਂ ਮਾਰ ਕੇ ਦਿੱਲੀ ਤੇ ਕਾਬਜ ਹੋਣਾ ਚਾਹੁੰਦੇ ਸੀ। ਠੀਕ ਹੈ, ਔਰ ਹਮਾਯੂ ਜਦੋਂ ਗੱਦੀ ਤੇ ਬੈਠਦਾ ਤਾਂ ਇਹ ਦਿੱਲੀ ਅਤੇ ਆਗਰਾ ਇਸਨੇ ਆਪਣੇ ਕੋਲ ਹੀ ਰੱਖਿਆ ਹਮਾਯੂ ਨੇ। ਫਿਰ ਅਸਕਰੀ ਦੇ ਕੋਲ ਸੰਭਾਲ ਵਾਲਾ ਏਰੀਆ ਦੇਤਾ, ਹਿੰਦਾਲ ਨੂੰ ਅਲਵਰ ਵਾਲਾ ਏਰੀਆ ਦੇਤਾ ਤੇ ਕਾਮਰਾਨ ਨੂੰ ਕਾਬੁਲ ਅਤੇ ਕੰਧਾਰ ਵਾਲਾ ਏਰੀਆ ਦਿੱਤਾ। ਲੇਕਿਨ ਇਹ ਆਪਣੇ ਦਿੱਤੇ ਹੋਏ ਏਰੀਏ ਤੋਂ ਬਹੁਤ ਜ਼ਿਆਦਾ ਖੁਸ਼ ਨਹੀਂ ਸੀ ਕਿਉਂਕਿ ਇਹ ਦਿੱਲੀ ਤੇ ਕਾਬਜ ਹੋਣਾ ਚਾਹੁੰਦੇ ਸੀ। ਇਸ ਲਈ ਇਹ ਦਿੱਲੀ ਨੂੰ ਕਿਵੇਂ ਨਾ ਕਿਵੇਂ ਹਥਿਆਰ ਦੇ ਲਈ ਹਮਾਯੂ ਨੂੰ ਡਿਫੀਟ ਕਰਨਾ ਜਾਂ ਮਾਰਨਾ ਚਾਹੁੰਦੇ ਸੀ। ਨਤੀਜਾ ਇਹ ਹੋਇਆ ਕਿ ਇਸਦੇ ਭਰਾ ਇਕੱਠੇ ਹੋ ਕੇ ਹਮਾਯੂ ਦੇ ਵਿਰੁੱਧ ਹੋ ਜਾਂਦੇ ਹੈ ਅਤੇ ਉਸਦੇ ਵਿਰੋਧ ਦੀ ਸਾਜ਼ਿਸ਼ਾਂ ਕਰਨ ਲੱਗਦੇ। ਠੀਕ ਹੈ, ਇਹ ਸਟੇਟਮੈਂਟ ਵੀ ਕਹੀ ਜਾਂਦੀ ਹੈ ਕਿ ਜਦੋਂ ਹਮਾਯੂ ਗੱਦੀ ਤੇ ਬੈਠਾ ਤਾਂ ਉਸਨੇ ਦੇਖਿਆ ਕਿ ਉਹਦੇ ਚਾਰੋਂ ਤਰਫ ਦੁਸ਼ਮਣ ਹੀ ਦੁਸ਼ਮਣ ਹੈ। ਬਟ ਇਹ ਦੁਸ਼ਮਣ ਕਿੱਥੋਂ ਆਏ? ਆਪਾਂ ਹੁਣੇ ਗੱਲ ਕੀਤੀ ਕਿ ਇਹਦੇ ਭਰਾ ਹੀ ਜੋ ਅਲੱਗ ਅਲੱਗ ਏਰੀਏ ਦੇ ਵਿੱਚ ਬਾਦਸ਼ਾਹ ਬਣੇ, ਰਾਜੇ ਬਣੇ, ਸਮੰਤੀ ਬਣੇ, ਉਹਨਾਂ ਨੇ ਆਪਣੇ ਆਪ ਨੂੰ ਇੰਡੀਪੈਂਡੈਂਟ ਕਰਨਾ ਸੀ ਔਰ ਦਿੱਲੀ ਤੇ ਕਾਬਜ ਹੋਣਾ ਸੀ। ਇਸ ਕਰਕੇ ਹਮਾਯੂ ਦੇ ਵਿਰੁੱਧ ਹੋ ਜਾਂਦੇ ਆ, ਹਮਾਯੂ ਦੇ ਵਿਰੁੱਧ ਬਗਾਵਤਾਂ ਕਰਨੀਆਂ ਸ਼ੁਰੂ ਕਰਦੇ ਆ। ਆਈ ਥਿੰਕ ਇਟਸ ਲਾਈਕ ਤੁਹਾਨੂੰ ਪੂਰੀ ਪੂਰੀ ਸਮਝ ਆ ਗਈ ਹੋਏਗੀ। ਅੱਗੇ ਚੱਲਦੇ, ਹਮਾਯੂ ਜੋ ਸੀ ਇਸਦੇ ਆਪਾਂ ਗੱਲ ਕੀਤੀ ਕਿ ਤਿੰਨ ਭਰਾ ਸੀਗੇ। ਤੋ ਇੱਕ ਪਾਸੇ ਤਾਂ ਹਮਾਯੂ ਦੇ ਤਿੰਨ ਭਰਾ ਦੁਸ਼ਮਣ ਰੂਪ ਦੇ ਵਿੱਚ ਇਹਦੇ ਇੱਧਰ ਉੱਧਰ ਫਿਰਦੇ, ਦੂਸਰੇ ਪਾਸੇ ਇਸਦੇ ਤਿੰਨ ਦੁਸ਼ਮਣ ਹੋਰ ਵੀ ਸੀਗੇ। ਤਿੰਨ ਤਾਂ ਭਰਾ ਹੋ ਗਏ ਲੇਕਿਨ ਤਿੰਨ ਦੁਸ਼ਮਣ ਇਸਦੇ ਹੋਰ ਵੀ ਸੀ ਜੋ ਇਸਦੇ ਇਰਦ ਗਿਰਦ ਹੀ ਰਾਜ ਕਰਦੇ ਸੀਗੇ ਦਿੱਲੀ ਦੇ ਆਸ ਪਾਸ ਵਾਲੇ ਏਰੀਏ ਦੇ ਵਿੱਚ। ਜਿਵੇਂ ਕਿ ਬੰਗਾਲ ਦੀ ਗੱਲ ਕਰੀਏ ਤਾਂ ਬੰਗਾਲ ਵਿੱਚ ਇੱਕ ਰਾਜਾ ਸ਼ਾਸਨ ਕਰ ਰਿਹਾ ਸੀ ਮਹਿਮੂਦ ਲੋਧੀ। ਬਿਹਾਰ ਵਿੱਚ ਸ਼ਾਸਨ ਕਰ ਰਿਹਾ ਸੀ ਸ਼ੇਰ ਖਾਨ। ਇਹ ਸ਼ੇਰ ਖਾਨ ਉਹੀ ਸ਼ੇਰ ਖਾਨ ਹੈ ਜਿਸ ਨੂੰ ਆਪਾਂ ਫਰੀਦ ਖਾਨ ਜਾਂ ਸ਼ੇਰਸ਼ਾਹ ਸੂਰੀ ਦੇ ਨਾਂ ਨਾਲ ਅੱਗੇ ਜਾਣਾਂਗੇ। ਔਰ ਗੁਜਰਾਤ ਵਿੱਚ ਸ਼ਾਸਨ ਕਰ ਰਿਹਾ ਸੀ ਬਹਾਦਰ ਸ਼ਾਹ। ਤੋ ਚਾਰੋਂ ਤਰਫ ਇਸਦੇ ਦੁਸ਼ਮਣ ਹੀ ਦੁਸ਼ਮਣ ਕਹਿੰਦੇ ਨੇ ਕਿ ਨਜ਼ਰ ਇਸ ਨੂੰ ਆਉਂਦੇ ਨੇ। ਹਮਾਯੂ ਜਦੋਂ ਦਿੱਲੀ ਦਾ ਸ਼ਾਸਕ ਬਣਿਆ ਤਾਂ 1530 ਵਿੱਚ ਤਾਂ ਇਸ ਨੇ ਇੱਕ ਨਗਰ ਦੀ ਸਥਾਪਨਾ ਕਰਵਾਈ ਸੀ। 1530 ਵਿੱਚ ਗੱਦੀ ਲੈਂਦਾ ਹੈ ਔਰ ਇਸ ਨੇ ਇੱਕ ਨਗਰ, ਇੱਕ ਸ਼ਹਿਰ, ਇੱਕ ਸਿਟੀ ਦੀ ਸਥਾਪਨਾ ਕਰਵਾਈ ਜਿਸ ਨੂੰ ਦੀਨੇ ਪਨਾਹ ਜਾਂ ਦੀਨ ਪਨਾਹ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਔਰ ਇਸ ਨੇ ਆਪਣੀ ਇਹ ਸੈਕਿੰਡ ਕੈਪੀਟਲ ਵੀ ਬਣਾਈ ਸੀ। ਤੋਂ ਯਾਦ ਰੱਖਣਾ ਕਿ ਦਿੱਲੀ ਦੀ ਸੈਕਿੰਡ ਕੈਪੀਟਲ ਜੋ ਬਣੀ ਸੀਗੀ ਉਹ ਹਮਾਯੂ ਦੇ ਸਮੇਂ ਦੀਨ ਪਨਾਹ ਨਾਮ ਦੀ ਕੈਪੀਟਲ ਜਿਹੜੀ ਸੀਗੀ ਉਹ ਬਣਾਈ ਗਈ ਸੀ ਕਿਉਂਕਿ ਇੱਕ ਸ਼ਹਿਰ ਹਮਾਯੂ ਨੇ ਹੀ ਡਿਵੈਲਪ ਕਰਵਾਇਆ। ਹਮਾਯੂ ਦੇ ਸ਼ਾਸਕ ਬਣਨ ਤੋਂ ਬਾਅਦ ਹਮਾਯੂ ਦਾ ਜੋ ਪਹਿਲਾ ਹਮਲਾ ਹੀ ਜਿਹੜਾ ਹੋਇਆ ਸੀ ਉਹ 1531 ਵਿੱਚ ਕਲਿੰਜਰ ਮਤਲਬ ਬੁੰਦੇਲਖੰਡ ਦੇ ਕਿਲੇ ਤੇ ਇਸਨੇ ਜਿਹੜਾ ਸੀ ਇਹ ਹਮਲਾ ਕੀਤਾ ਸੀ। ਤੋ ਹਮਾਯੂ ਦੇ ਸ਼ਾਸਕ ਬਣਨ ਤੋਂ ਬਾਅਦ ਜੋ ਪਹਿਲਾ ਹਮਲਾ ਹਮਾਯੂ ਦਾ ਆਪਾਂ ਮੰਨ ਕੇ ਚੱਲਦੇ ਹਾਂ 1531 ਵਿੱਚ ਕਲਿੰਜਰ ਬੁੰਦੇਲਖੰਡ ਤੇ ਇਹ ਕਿਲੇ ਜਿਹੜਾ ਸੀਗਾ ਉਸਤੇ ਹਮਲਾ ਕੀਤਾ। ਉਸ ਸਮੇਂ ਕਲਿੰਜਰ ਦਾ ਜੋ ਸ਼ਾਸਕ ਹੋਇਆ ਕਰਦਾ ਸੀ ਉਹ ਪ੍ਰਤਾਪ ਰੁਦਰ ਦੇਵ ਹੁੰਦਾ ਸੀਗਾ। ਇਹਦਾ ਮਤਲਬ ਜੋ ਪ੍ਰਤਾਪ ਰੁਦਰ ਦੇਵ ਤੇ ਇਸਨੇ ਹਮਲਾ ਕੀਤਾ ਔਰ ਇਸ ਅਭਿਆਨ ਵਿੱਚ ਹਮਾਯੂ ਜਿਹੜਾ ਉਹ ਬਟ ਫੇਲ ਹੋ ਜਾਂਦਾ। ਠੀਕ ਹੈ, ਤੋ ਕਲਿੰਜਰ ਦਾ ਸ਼ਾਸਕ ਕੌਣ ਸੀਗਾ? ਪ੍ਰਤਾਪ ਰੁਦਰ ਦੇਵ ਔਰ ਇਹ ਹਮਲਾ ਫੇਲ ਹੈ ਮਤਲਬ ਹਮਾਯੂ ਇਸ ਹਮਲੇ ਦੇ ਵਿੱਚ ਫੇਲਡ ਹੁੰਦਾ। ਇਸਦਾ ਪਤਾ ਜਦੋਂ ਮਹਿਮੂਦ ਲੋਧੀ ਨੂੰ ਚੱਲਿਆ ਤਾਂ ਉਹ ਆਪਣੀ ਸੈਨਾ ਲੈ ਕੇ ਹਮਾਯੂ ਦੇ ਵੱਲ ਵੱਧ ਹੈ। ਉਹਨੂੰ ਲੱਗਦਾ ਕਿ ਬਈ ਹੁਣ ਇਹ ਮੌਕਾ ਹੈਗਾ, ਬਾਬਰ ਨਹੀਂ ਰਿਹਾ, ਹਮਾਯੂ ਵੀਕ ਲੱਗਦਾ, ਕਮਜ਼ੋਰ ਸ਼ਾਸਕ ਲੱਗਦਾ, ਸ਼ਾਇਦ ਤੋ ਕਿਉਂ ਨਾ ਅਟੈਕ ਕੀਤਾ ਜਾ ਸਕਦਾ। ਤੋ ਹਮਾਯੂ ਅਤੇ ਮਹਿਮੂਦ ਲੋਧੀ ਦੋਨਾਂ ਦੇ ਵਿਚਕਾਰ ਗੋਮਤੀ ਨਦੀ ਦੇ ਕਿਨਾਰੇ ਤੇ ਇੱਕ ਯੁੱਧ ਲੜਿਆ ਗਿਆ ਜਿਹਨੂੰ ਧੁਰੀਆ ਦਾ ਯੁੱਧ ਜਾਂ ਦੁਰਈਆ ਦਾ ਯੁੱਧ ਬੋਲਿਆ ਜਾਂਦਾ। ਇਹ ਨਾਮ ਤੁਸੀਂ ਮੇਬੀ ਬਹੁਤ ਰੇਅਰ ਹੈ ਕਿ ਸ਼ਾਇਦ ਇਹਨਾਂ ਲੜਾਈਆਂ ਦੇ ਨਾਮ ਤੁਸੀਂ ਸੁਣੇ ਹੋਣ, ਬਟ ਠੀਕ ਹੈ, ਲੜਾਈਆਂ ਮੈਂਸ਼ਨ ਹੁੰਦੀਆਂ। ਤੁਸੀਂ ਆਪਾਂ ਕਿਉਂਕਿ ਕਹਾਣੀ ਦੇ ਰੂਪ ਵਿੱਚ ਹੀ ਪੂਰੀ ਦੀ ਪੂਰੀ ਸਟੋਰੀ ਪੜ੍ਹਦੇ ਪਏ ਹਾਂ ਤਾਂ ਜ਼ਿਕਰ ਆਏਗਾ। ਦੁਹਰੀਆ ਜਾਂ ਦੁਹਰੀਆ ਦਾ ਯੁੱਧ 1532 ਦੇ ਵਿੱਚ ਹੋਇਆ ਔਰ ਇਸ ਯੁੱਧ ਵਿੱਚ ਹਮਾਯੂ ਦੇ ਦੁਆਰਾ ਮਹਿਮੂਦ ਲੋਧੀ ਨੂੰ ਪਰਾਜਿਤ ਕਰ ਦਿੱਤਾ ਜਾ ਔਰ ਮਹਿਮੂਦ ਲੋਧੀ ਦੀ ਹੱਤਿਆ ਵੀ ਕਰਵਾ ਦਿੱਤੀ ਜਾ। ਆਈ ਥਿੰਕ ਇਸ ਲਾਈਕ ਤੁਹਾਨੂੰ ਪੂਰੀ ਪੂਰੀ ਸਮਝ ਆ ਗਈ। ਅੱਗੇ ਚੱਲਦੇ ਹਾਂ। ਅੱਛਾ, ਮਹਿਮੂਦ ਲੋਧੀ ਦੇ ਮਰਨ ਦਾ ਸਭ ਤੋਂ ਜ਼ਿਆਦਾ ਲਾਭ ਕਿਹਨੂੰ ਹੋਇਆ? ਦੇਖੋ, ਮਹਿਮੂਦ ਲੋਧੀ ਜਿਹੜਾ ਸੀਗਾ ਇਸਦੇ ਮਰਨ ਦਾ ਸਭ ਤੋਂ ਜ਼ਿਆਦਾ ਲਾਭ ਮਿਲਦਾ ਹੈ ਬਿਹਾਰ ਦੇ ਸ਼ਾਸਕ ਸ਼ੇਰ ਖਾਨ।
ਕਿਉਂਕਿ ਸ਼ੇਰ ਖਾਨ ਕੌਣ ਹੈ? ਫਰੀਦ ਖਾਨ, ਠੀਕ ਹੈ, ਸ਼ੇਰ ਸ਼ਾਹ ਸੂਰੀ ਦੇ ਨਾਂ ਨਾਲ ਆਪਾਂ ਜਾਣਾਂਗੇ। ਤੋ ਜਿਸਦਾ ਅਸਲ ਨਾਲ ਅਸਲ ਨਾਮ ਫਰੀਦ ਖਾਨ ਹੋਇਆ ਕਰਦਾ ਸੀ, ਇਸ ਨੂੰ ਮੌਕਾ ਮਿਲ ਜਾਂਦਾ ਹੈ ਕਿ ਮਹਿਮੂਦ ਲੋਧੀ ਵਾਲੇ ਏਰੀਏ ਨੂੰ ਕੈਪਚਰ ਕਰਨ ਦਾ, ਠੀਕ ਹੈ, ਕਿਉਂਕਿ ਮਹਿਮੂਦ ਲੋਧੀ ਬੰਗਾਲ ਦਾ ਸੀ ਔਰ ਇਹ ਬਿਹਾਰ ਦਾ ਸੀ। ਤੋ ਸ਼ੇਰ ਖਾਨ ਨੇ ਬਿਹਾਰ ਦੇ ਨਾਲ ਨਾਲ ਬੰਗਾਲ ਤੇ ਵੀ ਕਬਜ਼ਾ ਕਰ ਲਿਆ, ਉਸ ਏਰੀਏ ਨੂੰ ਵੀ ਜਿੱਤ ਲਿਆ, ਠੀਕ ਹੈ। ਔਰ ਸ਼ੇਰ ਖਾਨ ਬਨਾਰਸ ਦੇ ਹੀ ਕੋਲ ਚੁਨਾਰਗੜ੍ਹ ਕਿਲੇ ਦੇ ਵਿੱਚ ਰਿਹਾ ਵੀ ਕਰਦਾ ਸੀ। ਮਤਲਬ ਉਹ ਏਰੀਆ ਜਿਹੜਾ ਸੀ ਉਹਨੇ ਡਿਵਾਈਡ ਕਰ ਲਿਆ ਕਿ ਹਾਂ ਵੀ ਸ਼ੇਰ ਖਾਨ ਜਿਹੜਾ ਹੈਗਾ ਹੁਣ ਉਹ ਬਨਾਰਸ ਦੇ ਕੋਲ ਹੀ ਇੱਕ ਚੁਨਾਰਗੜ੍ਹ ਦਾ ਕਿਲਾ ਸੀਗਾ ਔਰ ਉੱਥੇ ਸ਼ਿਫਟ ਹੋ ਗਿਆ ਔਰ ਉੱਥੇ ਹੀ ਰਹਿਣਾ ਉਸਨੇ ਸ਼ੁਰੂ ਕਰਤਾ। ਹੁਣ ਹਮਾਯੂ ਦੀ ਸਭ ਤੋਂ ਵੱਡੀ ਸਮੱਸਿਆ ਕੀ ਸੀਗੀ? ਦੇਖੋ, ਭਰਾਵਾਂ ਨਾਲ ਦੁਸ਼ਮਣੀ ਹੈ, ਠੀਕ ਹੈ, ਲੇਕਿਨ ਜੋ ਸਭ ਤੋਂ ਵੱਡੀ ਪ੍ਰੋਬਲਮ ਆ ਉਹ ਸ਼ੇਰ ਖਾਨ ਦੀ, ਕਿਉਂਕਿ ਬਾਬਰ ਦੀ ਆਰਮੀ ਦੇ ਵਿੱਚ ਰਹਿ ਚੁੱਕਿਆ, ਕਾਫੀ ਪਾਵਰਫੁਲ ਵਿਅਕਤੀ ਹੈ ਸ਼ੇਰ ਖਾਨ, ਸ਼ੇਰ ਸ਼ਾਹ ਸੂਰੀ ਜਾਂ ਸ਼ੇਰ ਖਾਨ ਜਾਂ ਜਿਹਨੂੰ ਫਰੀਦ ਖਾਨ ਦੇ ਨਾਂ ਨਾਲ ਆਪਾਂ ਜਾਣਦੇ ਹਾਂ। ਤੋ ਹਮਾਯੂ ਦੇ ਲਈ ਇਹ ਬਹੁਤ ਵੱਡੀ ਪ੍ਰੋਬਲਮ ਬਣਿਆ ਹੋਇਆ ਸੀਗਾ। ਤੋ ਹਮਾਯੂ ਨੂੰ ਚੰਗੀ ਤਰ੍ਹਾਂ ਇਹ ਪਤਾ ਵੀ ਸੀਗਾ ਕਿ ਅਗਰ ਮੈਂ ਇੰਡੀਪੈਂਡੈਂਟਲੀ ਆਪਣੇ ਰਾਜ ਦਾ ਵਿਸਥਾਰ ਕਰਨਾ ਹੈ, ਡਿਵੈਲਪਮੈਂਟ ਕਰਨੀ ਹੈ, ਤੋ ਮੈਨੂੰ ਕਮ ਸੇ ਕਮ ਸ਼ੇਰ ਖਾਨ ਨੂੰ ਤਾਂ ਆਪਣੇ ਰਸਤੇ ਚੋਂ ਹਟਾਉਣਾ ਪਏਗਾ। ਤੋ ਹਮਾਯੂ ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਸ਼ੇਰ ਖਾਨ ਵੀ ਮੁਗਲਾਂ ਦੇ ਖਿਲਾਫ ਕੋਈ ਰਣਨੀਤੀ ਬਣਾ ਸਕਦਾ, ਤੋ ਇਸ ਨੂੰ ਪਹਿਲਾਂ ਆਪਣੇ ਰਸਤੇ ਤੋਂ ਹਟਾ ਕੇ ਹੀ ਮੈਂ ਅੱਗੇ ਵਧਾਂ, ਠੀਕ ਹੈ। ਤੋ ਹਮਾਯੂ ਜਿਹੜਾ ਸੀ ਉਹ ਚੈਨ ਨਾਲ ਆਪਣਾ ਰਾਜ ਤਾਂ ਹੀ ਕਰੇਗਾ ਜੇਕਰ ਸ਼ੇਰ ਖਾਨ ਜਿਹੜਾ ਸੀਗਾ ਉਹ ਅਵੇਲੇਬਲ ਨਾ ਹੋਵੇ ਔਰ ਉਸਨੂੰ ਕਿਵੇਂ ਨਾ ਕਿਵੇਂ ਮਾਰ ਦਿੱਤਾ ਜਾਵੇ। ਇਸ ਲਈ ਹਮਾਯੂ ਨੇ ਕੀ ਕੀਤਾ, ਆਪਣੀ ਇੱਕ ਸੈਨਾ ਤਿਆਰ ਕੀਤੀ ਔਰ ਇਹ ਕਿੱਥੇ ਰਹਿ ਰਿਹਾ? ਚੁਨਾਰਗੜ੍ਹ ਚ ਰਹਿ ਰਿਹਾ। ਤੋ ਚੁਨਾਰਗੜ੍ਹ ਦੇ ਕਿਲੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰਦਾ ਹੈ ਹਮਾਯੂ। ਇਸ ਲਈ ਹਮਾਯੂ ਨੇ ਆਪਣੀ ਸੈਨਾ ਨੂੰ ਇਕੱਠੇ ਕੀਤਾ ਅਤੇ ਪਹੁੰਚਿਆ ਚੁਨਾਰਗੜ੍ਹ। 1532 ਵਿੱਚ ਹਮਾਯੂ ਨੇ ਚੁਨਾਰਗੜ੍ਹ ਤੇ ਆਕਰਮਣ ਵੀ ਕਰਤਾ। ਹਮਾਯੂ ਨੇ ਚੁਨਾਰਗੜ੍ਹ ਦੇ ਕਿਲੇ ਨੂੰ ਘੇਰਾ ਪਾ ਲਿਆ ਅਤੇ ਲਗਭਗ 6 ਮਹੀਨੇ ਇਹ ਘੇਰਾ ਚੱਲਦਾ ਗਿਆ, ਠੀਕ ਹੈ। 6 ਮਹੀਨੇ ਗੁਜ਼ਰ ਜਾਂਦੇ ਆ ਔਰ ਨਾ ਤਾਂ ਸ਼ੇਰ ਖਾਨ ਹੀ ਚੁਨਾਰਗੜ੍ਹ ਤੋਂ ਬਾਹਰ ਆਇਆ, ਮਤਲਬ ਚੁਨਾਰਗੜ੍ਹ ਕਿਲੇ ਤੋਂ ਬਾਹਰ ਆਇਆ, ਔਰ ਨਾ ਹੀ ਹਮਾਯੂ ਨੇ ਅਟੈਕ ਕੀਤਾ ਡਾਇਰੈਕਟਲੀ। ਪਰ ਜਦੋਂ 6 ਮਹੀਨੇ ਬੀਤ ਗਏ ਤਾਂ ਆਪਾਂ ਨੂੰ ਪਤਾ ਹੈ ਕਿ 6 ਮਹੀਨੇ ਕਿਸੇ ਵੀ ਕਿਲੇ ਦੇ ਵਿੱਚ ਰਹਿਣਾ ਔਰ ਇੱਕ ਵੱਡੀ ਸੈਨਾ ਦੇ ਨਾਲ ਫੈਮਿਲੀ ਦੇ ਨਾਲ ਰਹਿਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਉੱਥੋਂ ਦਾ ਜੋ ਰਾਸ਼ਨ ਪਾਣੀ ਹੈ, ਰਸਦ ਵਗੈਰਾ, ਉਹ ਖਤਮ ਹੋਣ ਦੇ ਚਾਂਸਸ 99% ਹੈ, ਕਿਉਂਕਿ ਖਤਮ ਹੋਏਗਾ, ਖਾਣ ਪੀਣ ਤਾਂ ਕਰਨਗੇ। ਪਰ ਜਦੋਂ 6 ਮਹੀਨੇ ਤੋਂ ਬਾਅਦ ਰਾਸ਼ਨ ਮੁੱਕਿਆ ਹੁਣ ਸ਼ੇਰ ਸ਼ਾਹ ਸੂਰੀ ਦਾ ਜਾਂ ਸ਼ੇਰ ਖਾਨ ਦਾ, ਕਿਉਂਕਿ ਹਜੇ ਤੱਕ ਆਪਾਂ ਸ਼ੇਰ ਖਾਨ ਹੀ ਪੜਾਂਗੇ, ਤੋ ਜਦੋਂ ਇਹ ਮੁੱਕਣ ਲੱਗਿਆ ਤਾਂ ਸ਼ੇਰ ਖਾਨ ਨੇ ਆਪਣੇ ਪੁੱਤਰ ਨੂੰ, ਠੀਕ ਹੈ, ਆਪਣੇ ਪੁੱਤਰ ਨੂੰ ਇੱਕ ਸੈਨਿਕ ਟੁਕੜੀ ਦੇ ਕੇ ਹਮਾਯੂ ਦੇ ਕੋਲ ਭੇਜਿਆ ਕਿ ਉਸਦੀ ਸ਼ਰਨ ਦੇ ਵਿੱਚ ਜਾ ਕੇ ਉਹ ਰਹੇਗਾ। ਮਤਲਬ ਇੱਕ ਸਮਝੌਤੇ ਦੇ ਰੂਪ ਵਿੱਚ ਕਿ ਬਈ ਮੈਂ ਕਹਿ ਲਓ ਕਿ ਮੈਂ ਹੁਣ ਲੜਾਈ ਨਹੀਂ ਕਰਾਂਗਾ, ਹਮਾਯੂ ਦੇ ਖਿਲਾਫ ਕਿਸੇ ਕਿਸਮ ਦੀ ਕੋਈ ਬਗਾਵਤ ਨਹੀਂ ਕਰਾਂਗਾ, ਕੋਈ ਅਟੈਕ ਨਹੀਂ ਹੋਏਗਾ, ਔਰ ਮਤਲਬ ਹੋਸਟਸ ਦੇ ਰੂਪ ਵਿੱਚ ਮੈਂ ਆਪਣੇ ਬੇਟੇ ਨੂੰ ਜਿਹੜਾ ਹੈਗਾ ਹਮਾਯੂ ਦੀ ਸ਼ਰਨ ਦੇ ਵਿੱਚ ਭੇਜਦਾ। ਔਰ ਇੱਥੇ ਹੀ ਇਸ ਨੂੰ ਇੱਕ ਟ੍ਰੀਟੀ ਦੇ ਰੂਪ ਵਿੱਚ, ਇੱਕ ਅਲਾਇੰਸ ਦੇ ਰੂਪ ਵਿੱਚ, ਸੰਧੀ ਦੇ ਰੂਪ ਵਿੱਚ ਤੁਸੀਂ ਵਰਤ ਸਕਦੇ ਹੋ। ਤਾਂ ਹਮਾਯੂ ਦੇ ਨਾਲ ਇੱਕ ਕਿਸਮ ਦੀ ਇੱਕ ਸੰਧੀ ਜਿਹੜੀ ਹੈ ਉਹ ਕੀਤੀ ਜਾਂਦੀ। ਹਮਾਯੂ ਇਸ ਸੰਧੀ ਤੋਂ ਸੰਤੁਸ਼ਟ ਵੀ ਸੀ, ਇਸ ਲਈ ਹਮਾਯੂ ਆਪਣੀ ਸੈਨਾ ਲੈ ਕੇ ਵਾਪਸ ਚਲਾ ਗਿਆ। ਉਹਨੂੰ ਲੱਗਿਆ ਕਿ ਸ਼ੇਰਸ਼ਾਹ ਸੂਰੀ ਜਾਂ ਸ਼ੇਰ ਖਾਨ ਜਿਹੜਾ ਉਹ ਮੇਰੇ ਅੰਡਰ ਕੰਮ ਕਰੇਗਾ, ਹੁਣ ਮੇਰੇ ਉਹ ਅੰਡਰ ਰਹੇਗਾ, ਮੇਰੇ ਤੇ ਅਟੈਕ ਨਹੀਂ ਕਰੇਗਾ ਔਰ ਮੇਰੇ ਸਮੰਤੀ ਦੇ ਰੂਪ ਵਿੱਚ ਕੰਮ ਕਰੇਗਾ, ਕਿਉਂਕਿ ਉਸਦਾ ਬੇਟਾ ਮੇਰੇ ਕੋਲੇ ਹੋਸਟਸ ਦੇ ਰੂਪ ਵਿੱਚ ਹੈ, ਤਾਂ ਸਭ ਕੁਝ ਠੀਕ ਹੈ, ਕੋਈ ਪ੍ਰੋਬਲਮ ਨਹੀਂ ਹੈ, ਤਾਂ ਮੈਨੂੰ ਵਾਪਸ ਜਾਣਾ ਚਾਹੀਦਾ। ਤੋ ਆਈ ਥਿੰਕ ਇਹ ਸਲਾਈਡ ਤੁਹਾਨੂੰ ਸਮਝ ਆ ਗਈ ਹੈ, ਅੱਗੇ ਚੱਲਦੇ ਹਾਂ। ਤੋ ਇਸ ਦੇ ਅਗਲੇ ਸਾਲ 1533 ਵਿੱਚ ਹਮਾਯੂ ਨੇ ਕੀ ਕੀਤਾ, ਗੁਜਰਾਤ ਦੇ ਸ਼ਾਸਕ ਬਹਾਦਰ ਸ਼ਾਹ ਨੂੰ ਪਰਾਜਿਤ ਕੀਤਾ। ਤੋ 1533 ਵਿੱਚ ਹਮਾਯੂ ਜਿਹੜਾ ਹੈ ਉਹ ਗੁਜਰਾਤ ਤੇ ਅਟੈਕ ਕਰ ਰਿਹਾ ਹੈ ਔਰ ਉੱਥੋਂ ਦਾ ਸ਼ਾਸਕ ਹੈ ਬਹਾਦਰ ਸ਼ਾਹ, ਉਸ ਨੂੰ ਪਰਾਜਿਤ ਕਰਦਾ ਪਿਆ। ਹੁਣ ਦੇਖੋ, ਇਹ ਸ਼ੇਰਸ਼ਾਹ ਸੂਰੀ ਆਪਾਂ ਕਹਿੰਦੇ ਬਹੁਤ ਪਾਵਰਫੁਲ ਹੈ, ਤਾਂ ਫਿਰ ਉਸਨੇ ਆਪਣੇ ਬੇਟੇ ਨੂੰ ਹੋਸਟਸ ਬਣਾ ਕੇ ਕਿਉਂ ਭੇਜਿਆ? ਤਾਂ ਇੱਕ ਸਾਜਿਸ਼, ਠੀਕ ਹੈ, ਕਿਉਂਕਿ ਸ਼ੇਰਸ਼ਾਹ ਸੂਰੀ ਨੂੰ ਪਤਾ ਚੱਲਦਾ ਰਵੇ ਕਿ ਹਮਾਯੂ ਕਿੱਥੇ ਕਿੱਥੇ ਬਿਜ਼ੀ ਹੈ, ਕਿਹੜੀਆਂ ਲੜਾਈਆਂ ਉਹ ਲੜਦਾ ਪਿਆ, ਔਰ ਜਦੋਂ ਹੀ ਹਮਾਯੂ ਪੂਰੀ ਤਰ੍ਹਾਂ ਥੱਕ ਜਾਏਗਾ ਬਾਹਰਲੀਆਂ ਲੜਾਈਆਂ ਲੜਦਾ ਹੋਇਆ, ਔਰ ਆਪਾਂ ਅਟੈਕ ਕਰ ਦਾਂਗੇ, ਔਰ ਇਹ ਪੂਰੀ ਦੀ ਪੂਰੀ ਇਨਫੋਰਮੇਸ਼ਨ ਕੌਣ ਪ੍ਰੋਵਾਈਡ ਕਰੇਗਾ? ਸ਼ੇਰਸ਼ਾਹ ਸੂਰੀ ਜਾਂ ਸ਼ੇਰ ਖਾਨ ਦਾ ਬੇਟਾ ਪ੍ਰੋਵਾਈਡ ਕਰੇਗਾ। ਤੋ ਹਮਾਯੂ ਸ਼ੇਰ ਖਾਨ ਤੋਂ ਨਿਸ਼ਚਿਤ ਸੀ, ਕਿਉਂਕਿ ਹਮਾਯੂ
कोई फिक्र नहीं सी शेर खान की, क्योंकि उन्होंने लगता सी कि उसका बेटा एक होस्टस के रूप में है तो वह तो अटैक नहीं करेगा, लेकिन शेर खान की यह चाल सी क्योंकि उसके बेटे तो पूरी इंफॉर्मेशन लिती जा रही थी शेर खान वालों हुमायूं दी, और वो कितने कितने लड़ाइयां करता पे, कितने कमजोर है, कि रणनीतिज अपना रहा है और कि लड़ाइया लड़के वीक हो गया या वो थक चुका है, वो सेना थक चुकी है और हम आप अटैक कर चुके हैं कर सकते हैं, तो पूरी की पूरी जी जानकारी है वो शेर खान को मिलती पई सी। तो शेर खान अपने आप को होर मजबूत कर रहा है उस समय, और हमाजू दी रीतियां रणनीतियां देखता होया अपने आप को पूरी तरह डिवेलप करता पाया, और हमाजू को पराजित करने की उसनों हराने की पूरी पूरी रणनीति जी है वह बना रहा। लेकिन थोड़े समय बाद ही हमाजू को इस गल का पता चल गया कि बई शेर खान एक्चुअल मैनू डिफीट करने के लिए कोई साजिश करता पाया, और उसका बेटा जोड़ा है पूरा पूरा इनवॉल्व। तो जो इस गल का पता हमायू नूं चलता है तो हमायू 1538 दूसरी बार चुनारगढ़ से हमला करता है। कुछ ही दिनों के विच आपसी अपनियां तोपां दे नाल चुनारगढ़ दियां दीवारां नूं तोड़ दिता गया, अपनी सेना नूं लैके चुनारगढ़ के किले विच दाखिल हुंदा है, पर उत्थे देखिया जांदा है कि चुनारगढ़ के किले दे विच शेर खान अवेलेबल नहीं सी। हो सकता है कि उसके बेटे ने इंफॉर्मेशन प्रोवाइड करवाती हो, या उसनों किसी ना किसी तरीके नाल इंफॉर्मेशन ही मिल गई हो। हुण होया कि हमायू दी एक कह लो कि कमी सी, हमायू दे विच एक बुराई सी कि वो अगर किसी लड़ाई नू जितदा है ना, और उस लड़ाई का वो जश्न बहुत लंबे समय तक मनाउंदा रहिंदा है। मान लो उसने अज चुनारगढ़ की लड़ाई जीती तो 2-3 महीने उसका जश्न मनाता ही रहेगा, और होया भी इसे तरह। जदों हमायू ने चुनारगढ़ के किले ते कब्जा किया तो इसकी जित की खुशी विच ओहो एक कह लो कि जश्न मनाना शुरू करता है, और बहुत सारा खाना अते शराब उसनों मिल जाती है उत्थे, क्यों क्योंकि शेर खान उत्थे वो छड़ के गया सी। छड़ के क्यों गया सी? हो सकता है उसनों ये इंफॉर्मेशन होवे कि जदों ही हमाजू कोई लड़ाई जितता है तो बहुत ज्यादा जश्न मनाता है, और अगर उस जश्न के लिए उसनों शराब खाना पाना खाण पीन मिल जाए तो जश्न काफी लंबे समय तक मनाता रह सकता है। तो यही कारण है कि वो हमायू इतने ही जश्न के विच पूरा पूरा डुब जाता है, ठीक है। और ये जश्न लगभग 40 दिनों तक चलता रहता है, और बाद विच हमाजू अपनी सेना लैके हुण बंगाल की तरफ पहुंचता है। हुण बंगाल की तरफ पहुंचता है, थक चुके है, ड्रिंक करता रहा 40 दिन तक, यदि सेना ड्रिंक करती रही, खाती पीती रही, तो इंजॉय करती रही, तो एक तरह ना बहुत ज्यादा वीकनेस या कह लो या बहुत ज्यादा मतलब लड़न का उत्साह जोड़ा सी वो किसी भी सेना के विच नहीं रहेगा जो इस तरह की सिचुएशन चो कोई सेना लंघेगी। तो जो हमाजू बंगाल के गौंड नाम दे, या गौंड गौंड भी बोल सकते हो तुसी इसनू, गौंड नाम के स्थान पर पहुंचता है तो हमाजू ने यह पता चलता है कि शेर खान ने इस खेतर को पहला ही नष्ट करता, ठीक है। पूरा एरिया शेर खान पहला ही इस एरिए लुट के चला जाता, और इन्ना ज्यादा कतलो कलाम इस एरिएगा कि जदों हमायू ने इस एरिए देखा और उस एरिए लाशें लाशा देखिया तो हमायू ने इस एरिए का नाम मतलब जो गौंड नाम के स्थान पर जो ये पहुंचता है तो उस एरिए का नाम ही जन्नताबाद जरा रख दिता जाता है। तो कुल मिला के जन्नताबाद जरा उसनों पहला ही नष्ट कर दिता गया शेर खाने, और इसका यह हमला नाकामयाब रहा क्योंकि तो हमला होने दे तो कोई कारण ही नहीं बनया, और ये काफी थक चुका है, और इसका जेड़ा ये ट्रैवलिंग की थकावट है वही शेर खान चाहता भी सी। हमाजू अपनी थकी हारी सेना नूं लैके जो वापस परतदा है तां बिहार च ही बक्सर नाम के स्थान पर, क्योंकि शेरशाह सूरी चाहता ही सीगा कि ट्रैवलिंग होवे थके और मतलब नशा करे ड्रिंक करे, ठीक है, उस नाल ये काफी वीक हो जाएगा। तो जदों ही अपनी थकी हारी सेना लैके बिहार च बक्सर नाम के स्थान के कोल चौसा नाम की जगह पर पहुंचता है तो अपनी सेना लैके इंतजार करता पिया सीगा कौन बई शेर खान। आई थिंक इस लाइन तुहानू समझ आ गई होगी। तो शेर खान जेड़ा सीगा उसनू पता सी कि वो आएगा और उसनू मैं डिफीट करा। तो हमाजू अपनी थकी हारी सेना लैके पहुंचता है, और ये कित्थे पहुंचा तो याद रखियो चौसा नाम की जगह बक्सर दे कोले जगह, और अपनी सेना नू लैके इंतजार कौन करता पिया शेर खान। और 1539 दे विच हमायू अते शेर खान दे विच इक युद्ध लड़िया गया जिसनू आपां चौसा दा युद्ध बोलदे हां। 1539 दे विच इह युद्ध जिहड़ा सीगा ओह लड़िया गया सी।
ਕਲੀਅਰ ਇੱਥੋਂ ਤੱਕ। ਇਸ ਯੁੱਧ ਵਿੱਚ ਸ਼ੇਰ ਖਾਂ ਨੇ ਹਮਾਜੂ ਨੂੰ ਪਰਾਜਿਤ ਕਰ ਦਿੱਤਾ ਤੇ ਹਮਾਜੂ ਨੂੰ ਪਰਾਜਿਤ ਕਰਨ ਤੋਂ ਬਾਅਦ ਹੀ ਸ਼ੇਰ ਖਾਂ ਨੇ ਸ਼ੇਰ ਸ਼ਾਹ ਦੀ ਉਪਾਧੀ ਵੀ ਧਾਰਨ ਕੀਤੀ ਸੀ। ਸ਼ੇਰ ਸ਼ਾਹ ਜਦੋਂ ਹਮਾਯੂ ਨੂੰ ਆਪਣਾ, ਹੁਣ ਦੇਖੋ ਹੋਇਆ ਕੀ ਹੈ ਕਿ ਸ਼ੇਰ ਸ਼ਾਹ ਹਮਾਯੂ ਨੂੰ ਮਾਰਨਾ ਚਾਹੁੰਦਾ ਸੀਗਾ, ਮਾਰੇਗਾ ਤੇ ਜਦੋਂ ਹੀ ਹਮਾਯੂ ਨੂੰ ਆਪਣੇ ਚਾਕੂ ਜਾਂ ਭਾਲੇ ਦੇ ਨਾਲ ਮਾਰਨ ਲੱਗਿਆ ਤਾਂ ਹਮਾਯੂ ਆਪਣੀ ਜਾਨ ਬਚਾ ਕੇ ਆਪਣੇ ਘੋੜੇ ਦੇ ਨਾਲ ਨਦੀ ਵਿੱਚ ਛਾਲ ਮਾਰ ਦਿੰਦਾ। ਆਪਣੀ ਜਾਨ ਬਚਾਉਣ ਦੇ ਲਈ ਨਦੀ ਦੇ ਵਿੱਚ ਛਾਲ ਮਾਰ ਦਿੰਦਾ ਆਪਣੇ ਘੋੜੇ ਦੇ ਨਾਲ ਹੀ, ਠੀਕ ਹੈ। ਔਰ ਜਦੋਂ ਡੁੱਬਣ ਲੱਗਦਾ ਤਾਂ ਉੱਥੋਂ ਦਾ ਇੱਕ ਨਾਵਕ ਹੈ ਵੀ, ਠੀਕ ਹੈ, ਨਾਵਕ ਹੈ ਜਿਹਨੂੰ ਬਿਸ਼ਤੀ ਵੀ ਬੋਲਦੇ ਆ, ਮਤਲਬ ਕਿਸ਼ਤੀ ਚਲਾਉਣ ਵਾਲਾ, ਜਿਸਦਾ ਨਾਮ ਤੁਸੀਂ ਯਾਦ ਰੱਖ ਸਕਦੇ ਹੋ ਨਿਜ਼ਾਮ, ਠੀਕ ਹੈ। ਤੋ ਇਸ ਨਿਜ਼ਾਮ ਦੇ ਵੱਲੋਂ ਇਸ ਹਮਾਜੂ ਨੂੰ ਬਚਾ ਲਿਆ ਜਾਂਦਾ ਹੈ। ਇਸ ਨਿਜ਼ਾਮ ਬਿਸ਼ਤੀ ਦੇ ਵੱਲੋਂ, ਠੀਕ ਹੈ, ਹਮਾਯੂ ਨੂੰ ਬਚਾ ਲਿਆ ਜਾਂਦਾ ਹੈ। ਔਰ ਜਦੋਂ ਬਚਾ ਲਿਆ ਜਾਂਦਾ ਹੈ ਤਾਂ ਹਮਾਯੂ ਉਸਨੂੰ ਕਹਿੰਦਾ ਹੈ ਕਿ ਤੂੰ ਮੇਰੀ ਜਾਨ ਬਚਾਈ ਹੈ ਤਾਂ ਮੈਂ ਤੈਨੂੰ ਤੇਰਾ ਮਤਲਬ ਕਹਿ ਲਓ ਸਵਾਗਤ ਕਰਨਾ ਚਾਹੁੰਦਾ, ਮੈਂ ਤੈਨੂੰ ਆਨਰ ਕਰਨਾ ਚਾਹੁੰਦਾ, ਇਸ ਕਰਕੇ ਤੂੰ ਮੇਰੇ ਨਾਲ ਹੀ ਮੇਰੇ ਦਰਬਾਰ ਦੇ ਵਿੱਚ ਚੱਲੇਗਾ, ਠੀਕ ਹੈ। ਤੋ ਇਹ ਜੋ ਨਿਜ਼ਾਮ ਹੈ ਉਹ ਦਰਬਾਰ ਵਿੱਚ ਜਾਂਦਾ ਔਰ ਹਮਾਯੂ ਇੱਕ ਦਿਨ ਦਾ ਇਸ ਨੂੰ ਸੁਲਤਾਨ ਵੀ ਘੋਸ਼ਿਤ ਕਰਦਾ, ਇੱਕ ਦਿਨ ਦਾ ਸੁਲਤਾਨ ਵੀ ਇਸ ਨਿਜ਼ਾਮ ਨੂੰ ਘੋਸ਼ਿਤ ਕਰਦਾ। ਤੋ ਆਗਰੇ ਵਿੱਚ ਪਹੁੰਚਿਆ, ਆਪਣੇ ਸਿੰਘਾਸਨ ਤੇ ਬਿਠਾਇਆ ਔਰ ਖੁਦ ਬੈਠਣ ਦੀ ਜਗ੍ਹਾ ਤੇ ਇਸਨੇ ਉਸਨੂੰ ਬਿਠਾਇਆ ਔਰ ਇੱਕ ਦਿਨ ਦਾ ਬਾਦਸ਼ਾਹ ਘੋਸ਼ਿਤ ਕੀਤਾ ਨਿਜ਼ਾਮ ਦੇ ਰੂਪ ਵਿੱਚ। ਔਰ ਇਹ ਵੀ ਵਿਅਕਤੀ ਇੰਨਾ ਜ਼ਿਆਦਾ ਹੋ ਸਕਦਾ ਮਾਹਰ ਹੋਵੇ ਜਾਂ ਕੁਛ ਵੀ, ਠੀਕ ਹੈ, ਕਿ ਇਸਨੇ ਇੱਕ ਦਿਨ ਦੇ ਵਿੱਚ ਹੀ, ਜਦੋਂ ਇੱਕ ਦਿਨ ਦੇ ਲਈ ਇਹ ਬੈਠਾ, ਇਸਨੇ ਆਪਣੇ ਸਿੱਕੇ ਵੀ ਜਾਰੀ ਕਰਤੇ ਸੀ, ਠੀਕ ਹੈ। ਤੋ ਨਿਜ਼ਾਮ ਨਾਮ ਦੇ ਵਿਅਕਤੀ ਨੂੰ ਬਣਾਇਆ ਗਿਆ ਇੱਕ ਦਿਨ ਦਾ ਬਾਦਸ਼ਾਹ। ਔਰ ਇਸੇ ਨਿਜ਼ਾਮ ਨੇ ਹੀ ਕਹਿੰਦੇ ਨੇ ਕਿ ਹਮਾਯੂ ਦੇ ਸ਼ਾਸਨ ਕਾਲ 'ਚ ਚਮੜੇ ਦੇ ਸਿੱਕੇ ਜਿਹੜੇ ਸੀਗੇ ਉਹ ਇਸ਼ੂ ਕਰਵਾਤੇ ਸੀ। ਪਤਾ ਨਹੀਂ ਹੁਣ ਇਹ ਜਸਟ ਇੱਕ ਸਟੋਰੀ ਹੈ ਜਾਂ ਮਤਲਬ ਪੂਰੀ ਦਾ ਪੂਰਾ ਵਾਕਈ ਉਸ ਸਮੇਂ ਇੱਕ ਇੰਸੀਡੈਂਟ ਇਹ ਹੋਇਆ, ਬਟ ਠੀਕ ਹੈ, ਕਿਉਂਕਿ ਆਪਾਂ ਨੇ ਕਿਤਾਬਾਂ ਦੇ ਵਿੱਚ ਇਹ ਮੈਂਸ਼ਨ ਹੈ, ਇਸ ਕਰਕੇ ਆਪਾਂ ਇਸ ਨੂੰ ਕਵਰ ਕਰਨਾ ਹੈ। 1540 ਵਿੱਚ ਫਿਰ ਸ਼ੇਰ ਖਾਂ ਨੇ ਹਮਾਯੂ ਤੇ ਆਕਰਮਣ ਕੀਤਾ, ਮਤਲਬ 39 ਦਾ ਇੱਕ ਆਕਰਮਣ ਹੋਇਆ, ਠੀਕ ਹੈ, ਔਰ ਇੱਕ 40 ਦਾ ਆਕਰਮਣ, ਤੋਂ ਦੋ ਆਕਰਮਣ ਹੋਣਗੇ। ਤੋ 1540 ਵਿੱਚ ਫਿਰ ਸ਼ੇਰ ਖਾਂ ਨੇ ਹਮਾਯੂ ਤੇ ਆਕਰਮਣ ਕੀਤਾ ਔਰ ਹਮਾਯੂ ਅਤੇ ਸ਼ੇਰ ਖਾਂ ਦੇ ਵਿੱਚ ਫਿਰ ਇੱਕ ਯੁੱਧ ਲੜਿਆ ਗਿਆ ਜਿਹਨੂੰ ਬਿਲਗ੍ਰਾਮ ਦਾ ਯੁੱਧ ਬੋਲਦੇ ਆ ਜਾਂ ਜਿਹਨੂੰ ਆਪਾਂ ਨੋਰਮਲੀ ਕਨੋਜ਼ ਦਾ ਯੁੱਧ ਜਿਹੜਾ ਹੈਗਾ ਉਹ ਮੰਨ ਕੇ ਚੱਲਦੇ ਹਾਂ। ਤੋ ਚੌਥਾ ਦਾ ਯੁੱਧ 1539 ਦਾ ਅਤੇ ਕਨੋਜ਼ ਦਾ ਯੁੱਧ 1540 ਦਾ, ਇਹ ਦੋ ਯੁੱਧ ਜਿਹੜੇ ਸੀਗੇ ਇਹ ਤੁਸੀਂ ਯਾਦ ਰੱਖਣੇ, ਠੀਕ ਹੈ ਜੀ। ਕਲੀਅਰ ਇੱਥੋਂ ਤੀਕਰ ਬਈ। ਇਸ ਲੜਾਈ ਵਿੱਚ ਹਮਾਯੂ ਨੂੰ ਸ਼ੇਰ ਸ਼ਾਹ ਨੇ ਹਮਾਯੂ ਨੂੰ ਪਰਾਜਿਤ ਕੀਤਾ, ਮਤਲਬ ਇਸ ਲੜਾਈ ਦੇ ਵਿੱਚ, ਮਤਲਬ ਕਨੋਜ਼ ਦੇ ਯੁੱਧ ਦੇ ਵਿੱਚ ਵੀ ਉਸਨੇ ਇਸਨੂੰ ਪਰਾਜਿਤ ਕੀਤਾ ਤੇ ਦਿੱਲੀ ਸਲਤਨਤ ਵਿੱਚ ਦੂਸਰੀ ਅਫਗਾਨ ਵੰਸ਼ ਦੀ ਵੀ ਜਿਹੜੀ ਹੈ ਉਹ ਸਥਾਪਨਾ ਹੋ ਜਾਂਦੀ ਹੈ। ਮਤਲਬ ਹਮਾਯੂ ਨੂੰ ਡਿਫੀਟ ਕੀਤਾ, ਹਮਾਯੂ ਨੂੰ ਡਿਫੀਟ ਕੀਤਾ ਤੋਂ ਹਮਾਯੂ ਇੱਥੋਂ ਚਲਾ ਜਾਂਦਾ, ਮਤਲਬ ਦਿੱਲੀ ਤੋਂ ਇਸਨੂੰ ਖਦੇੜ ਦਿੱਤਾ ਜਾਂਦਾ। ਔਰ ਜਦੋਂ ਹੀ ਇਸਨੂੰ ਦਿੱਲੀ ਤੋਂ ਖਦੇੜ ਦਿੱਤਾ ਜਾਂਦਾ ਹੈ ਤੋ ਦਿੱਲੀ ਤੇ ਸ਼ੇਰ ਖਾਨ ਦਾ ਕਬਜ਼ਾ ਹੋ ਜਾਂਦਾ ਔਰ ਦਿੱਲੀ ਦੇ ਵਿੱਚ ਹੀ ਸੋਰ ਵੰਸ਼ ਦੀ ਸਥਾਪਨਾ ਕੀਤੀ ਜਾਂਦੀ ਹੈ। ਹਾਲਾਂਕਿ ਮੁਗਲਾਂ ਦੇ ਸੀਕੁਐਂਸ ਦੇ ਵਿੱਚ ਆਪਾਂ ਸੋਰ ਵੰਸ਼ ਡਾਇਰੈਕਟਲੀ ਨਹੀਂ ਪੜ੍ਹਦੇ ਗਏ ਤਾਂ ਉਸਨੂੰ ਬਾਅਦ ਵਿੱਚ ਆਪਾਂ ਡਿਸਕਸ ਕਰਦੇ ਹੁੰਦੇ ਹਾਂ, ਲੇਕਿਨ ਜੋ ਸਟੋਰੀ ਹੈ ਉਹ ਇਹ ਹੈ ਕਿ ਸੋਰ ਵੰਸ਼ ਜਾਂ ਸੂਰੀ ਵੰਸ਼ ਦੀ ਸਥਾਪਨਾ ਜਿਹੜੀ ਹੈ ਉਹ ਕਰ ਦਿੱਤੀ ਜਾਂਦੀ ਹੈ ਔਰ ਹਮਾਯੂ ਇੱਥੇ ਜਿਹੜਾ ਹੈਗਾ ਉਹ ਡਿਫੀਟ ਹੋ ਜਾਂਦਾ, ਮਰਿਆ ਨਹੀਂ ਹੈਗਾ ਕਿਉਂਕਿ ਹਜੇ ਇਹ ਵਾਪਸ ਆਏਗਾ, ਇਹ ਦਿੱਲੀ ਨੂੰ ਛੱਡ ਕੇ ਇੱਥੋਂ ਚਲਾ ਗਿਆ ਸੀਗਾ। ਹੁਣ ਇਸਦੇ ਅਗਲੇ ਸਾਲ ਹੀ 1541 ਦੇ ਵਿੱਚ, ਇਸਦੇ ਅਗਲੇ ਸਾਲ ਹੀ 1541 ਦੇ ਵਿੱਚ ਹਮਾਯੂ ਨੇ ਇੱਕ ਵਿਆਹ ਕਰਵਾਇਆ ਸੀ ਹਮੀਦਾ ਬਾਨੋ ਬੇਗਮ ਦੇ, ਜਿਸ ਨੂੰ ਜੋ ਕੌਣ ਸੀ, ਹਿੰਦਾਲ ਦੇ ਗੁਰੂ ਦੀ ਬੇਟੀ ਸੀ, ਠੀਕ ਹੈ, ਹਿੰਦਾਲ ਦੇ ਗੁਰੂ ਦੀ ਇਹ ਬੇਟੀ ਸੀਗੀ। ਤੋ ਇਹ ਪੁਆਇੰਟ ਤੁਸੀਂ ਯਾਦ ਰੱਖਣਾ, ਹਿੰਦਾਲ ਇਹਦਾ ਬ੍ਰਦਰ ਹੈ, ਹਮਾਯੂ ਦਾ ਬ੍ਰਦਰ ਸੀਗਾ, ਉਸਦੇ ਗੁਰੂ ਦੀ ਇਹ ਬੇਟੀ ਸੀਗੀ ਹਮੀਦਾ ਬਾਨੋ ਬੇਗਮ, ਤੋ ਉਸਦੇ ਨਾਲ ਇਸਨੇ ਵਿਆਹ ਵੀ ਕਰਵਾਇਆ। ਹੁਣ ਹਮਾਯੂ ਦਾ ਇੱਕ ਦੋਸਤ ਹੋਇਆ ਕਰਦਾ ਸੀਗਾ ਰਾਜਸਥਾਨ ਦੇ ਅਮਰਕੋਟ ਨਾਮ ਦੇ ਸਥਾਨ ਤੇ, ਹਮਾਯੂ ਦਾ ਇੱਕ ਦੋਸਤ ਹੁੰਦਾ ਸੀ, ਠੀਕ ਹੈ, ਰਾਜਸਥਾਨ ਦੇ ਅਮਰਕੋਟ ਨਾਮ ਦੇ ਸਥਾਨ ਤੇ, ਜਿਸਦਾ ਨਾਮ ਸੀ ਰਾਜਾ ਵੀਰ ਸਾਲ, ਠੀਕ ਹੈ, ਰਾਜਾ ਵੀਰ ਸਾਲ, ਔਰ ਇਸ ਕੋਲੇ ਹੀ ਇਸਨੇ ਸ਼ਰਨ ਲਿੱਤੀ ਸੀਗੀ, ਇਹ ਪੁਆਇੰਟ ਯਾਦ ਰੱਖ ਲਿਓ। ਤੋ ਹਮਾਯੂ ਦਾ ਇੱਕ ਦੋਸਤ
राजस्थान तुसी पाकिस्तान भी कह सकते हो क्योंकि अज ये एरिया पाकिस्तान दे विच है। तो राजस्थान दे अमरकोट नाम दे स्थान दा जिसका राजा सी राजा वीर साल, और हमायू अपने दोस्त राजा वीर साल दी शरण लैंदा। हमायू तो भजदा होया ये इन्हां कोले जांदा है और उत्थे जाके ये शरण जिहड़ी आ उह लैंदा है। ठीक है, इस अमरकोट नाम दे स्थान ते ही 15 अक्टूबर 1542 विच ही बदरुद्दीन अकबर, ठीक है, हुमायूं दे पुत्र दा जन्म हुंदा। अज भी ये जगह उवें दी उवें इन्हां राजिआं ने बनाई है क्योंकि इन्हां राजिआं दी जिहड़ी पीढ़ी है वो अज भी हैगी है। मतलब राजा वीर साल जो इन्हां दी पीढ़ी है वो अज भी हैगी है, और अज पाकिस्तान दे एरिए दे विच उस एरिए दे विच उत्थे रहिंदे। ठीक है, तो अज भी ये जगह हैगी है जिथे अकबर दा जन्म होया, बिल्कुल वो जगह उन्होंने सेफ रखी हुई है। तो हुमायूं सिखां दे दूसरे गुरु गुरु अंगद देव जी कोल आशीर्वाद भी लैंदा है। ठीक है, हुमायूं सिखां दे दूसरे गुरु गुरु अंगद देव जी कोल आशीर्वाद भी लैन जांदा है और अपने पुत्र बदरुद्दीन नूं उसकी दादी मां मतलब महम अंगा कोल छड़ के हुमायूं अते हमीदा बानो बेगम ये पति पत्नी और बाकी उन्हां दी सेना अपनी पत्नी दे नाल ये परशिया चला जांदा है। ठीक है, मतलब अकबर क्योंकि वो अजे छोटा ही है और उसकी दाई माँ या कह लो कि उसकी दादी माँ, ठीक है, मतलब दाई है, ठीक है, दादी के रूप में ही एक तरह ना, तो मैं मंगा उन्होंने इस एरिए च छड़ के ही वीर साल कोले, तो आप हमीदा बानो बेगम अपनी पत्नी नू लेके परशिया चला जाता है हुमायूं, जिथे वो अपनी सेना दोबारा इकट्ठी करेगा, जिथे उसने सुन्नी मत नू छड़ के शिया मत भी अपनाया। ठीक है, इसने सुन्नी मत नू छड़ के शिया मत भी अपनाया। परशिया दी मदद नाल ही 1545 विच हुमायूं ने काबल अते कंधार ते कब्जा किया, लेकिन ये एरिया तां इसदे भरा दा सी कामरान दा। तो इहदा मतलब हुमायूं ने अपने ब्रदर कामरान नूं डिफीट करके उसकी हत्या की, और हत्या करन तो बाद ये गद्दी हासिल करता हैगा। ठीक है, मतलब ये जो काबल अते कंधार वाला एरिया वो जितता और उसते काबज होता। काबल च ही हुमायूं दा सेनापति बनिया बैरम खान, वेरी वेरी इंपॉर्टेंट, जो बाद विच अकबर दा सरप्रस्त भी बनेगा आपां पढ़ांगे। काबुल च ही इसने अपनी सेना नूं संगठित करना शुरू किया अते इंतजार किया कि भारत विच सूरी वंश दे कमजोर होण दा, क्योंकि सोर वंश दे विच भी अगलियां डायनेस्टियां आईयां, खान शेर खान की डैथ हो जाती है और उस तो बाद की जिहड़ी पीढ़ी दर पीढ़ी आई। ठीक है, मतलब जिन्हें भी एक दो राजे आए कमजोर शासक सीगे, ठीक है, बहुत ज्यादा मतलब दिल्ली नूं कंट्रोल नहीं कर पाए, और हुमायूं इसका मौका ही तलाश रहा सीगा, तलाश कर रहा सी। सो बाद विच अकबर दा सरप्रस्त जो बैरम खान बनेगा, तो काबल च ही इसने अपनी सेना नु संगठित करना शुरू किया अते इंतजार किया कि सोर वंश या सूरी वंश दे राजे जेड़े आ वो कमजोर पैण और मैं अटैक करा। तो इसने 1554 दे विच पेशावर ते भी कब्जा किया, ये भी पॉइंट याद रखियो, अते अगले ही साल 1555 ਵਿੱਚ ਇਸਨੇ ਲਾਹੌਰ ਤੇ ਵੀ ਕਬਜ਼ਾ ਕਰ ਲਿਆ, ਔਰ ਲਾਹੌਰ ਤੇ ਕਬਜ਼ਾ ਕਰਨ ਤੋਂ ਬਾਅਦ ਹਮਾਯੂ ਦਾਖਲ ਹੁੰਦਾ ਹੈ ਪੰਜਾਬ ਦੇ ਵਿੱਚ। ਠੀਕ ਹੈ, ਤੋ ਪੰਜਾਬ ਦੇ ਵਿੱਚ ਇਸ ਦੀ ਐਂਟਰੀ ਹੁੰਦੀ ਹੈ, ਔਰ ਉਸ ਸਮੇਂ ਸੂਰੀ ਵੰਸ਼ ਦੇ ਦੋ ਸੂਬੇਦਾਰ ਹੋਇਆ ਕਰਦੇ ਸਨ, ਨਸੀਬ ਖਾਨ ਅਤੇ ਤਤਾਰ ਖਾਨ, ਜੋ ਕਿ ਪੰਜਾਬ ਦੇ ਵਿੱਚ ਸਨ। ਪੰਜਾਬ ਦੇ ਦੋ ਸੂਬੇਦਾਰਾਂ ਦਾ ਜ਼ਿਕਰ ਆਉਂਦਾ ਹੈ, ਤੋ ਨਸੀਬ ਖਾਨ ਅਤੇ ਤਤਾਰ ਖਾਨ। 1555 ਵਿੱਚ ਇਹਨਾਂ ਸੂਬੇਦਾਰਾਂ ਨਾਲ ਹੀ ਇੱਕ ਯੁੱਧ ਲੜਿਆ ਗਿਆ ਸੀ, ਕਿਹਦਾ, ਹੁਮਾਯੂੰ ਦਾ। ਠੀਕ ਹੈ, ਔਰ ਇਸ ਯੁੱਧ ਨੂੰ ਬੋਲਦੇ ਨੇ ਮਾਛੀਵਾੜਾ ਦਾ ਯੁੱਧ। ਇਸ ਯੁੱਧ ਵਿੱਚ ਹੁਮਾਯੂੰ ਨੇ ਪਰਾਜਿਤ ਕੀਤਾ ਕਿਹਨੂੰ, ਨਸੀਬ ਖਾਂ ਅਤੇ ਤਤਾਰ ਖਾਂ ਨੂੰ, ਅਤੇ ਆਪਣੀ ਸੈਨਾ ਨੂੰ ਲੈ ਕੇ ਅੱਗੇ ਜਿਹੜਾ ਸੀਗਾ ਉਹ ਵਧਦਾ ਹੈ, ਅਤੇ ਪੰਜਾਬ ਦੇ ਹੀ ਲੁਧਿਆਣਾ ਨਾਮਕ ਸਥਾਨ ਦੇ ਕੋਲ ਸਰਹੰਦ ਦੇ ਕੋਲ ਜਾਣੀ ਕਿ ਇਹ ਪਹੁੰਚ ਜਾਂਦਾ ਹੈ। ਤੋ ਇੱਥੋਂ ਤੀਕਰ ਜਿਹੜਾ ਹੈਗਾ ਹੁਮਾਯੂੰ ਆਪਣੀ ਸੈਨਾ ਨੂੰ ਲੈ ਕੇ ਇੱਥੋਂ ਤੀਕਰ ਪਹੁੰਚਿਆ, ਔਰ ਇੱਥੇ ਹੀ ਇੱਕ ਯੁੱਧ ਲੜਿਆ ਗਿਆ, ਸਰਹੰਦ ਦਾ ਯੁੱਧ 1555 ਚ ਹੁਮਾਯੂੰ ਅਤੇ ਸੂਰੀ ਵੰਸ਼ ਦੇ ਆਖਰੀ ਸ਼ਾਸਕ ਸਿਕੰਦਰ ਸੂਰੀ ਦੇ ਵਿੱਚ ਇਹ ਯੁੱਧ ਜਿਹੜਾ ਸੀਗਾ ਉਹ ਲੜਿਆ ਗਿਆ। ਤੋ ਸਰਹੰਦ ਦਾ ਯੁੱਧ ਹੈ 1555, ਹੁਮਾਯੂੰ ਅਤੇ ਸੂਰੀ ਵੰਸ਼ ਦੇ ਆਖਰੀ ਸ਼ਾਸਕ ਸਿਕੰਦਰ ਸੂਰੀ ਦੇ ਵਿੱਚ ਲੜਿਆ ਗਿਆ, ਔਰ ਇਸ ਯੁੱਧ ਵਿੱਚ ਹੁਮਾਯੂੰ ਨੇ ਕੀ ਕੀਤਾ, ਸਿਕੰਦਰ ਸੂਰੀ ਨੂੰ ਪਰਾਜਿਤ ਕੀਤਾ, ਉਸਨੂੰ ਡਿਫੀਟ ਕੀਤਾ, ਅਤੇ ਦੁਬਾਰਾ ਮੁਗਲ ਸਾਮਰਾਜ ਦੀ ਸਥਾਪਨਾ ਜਿਹੜੀ ਹੈ ਉਹ ਹੋ ਜਾਂਦੀ ਹੈ। ਤੋ ਇੱਕ ਫੇਸ ਹੁਮਾਯੂੰ ਦਾ ਖਤਮ ਕਰਕੇ ਆਏ ਸੀਗੇ, ਔਰ ਬਾਅਦ ਵਿੱਚ ਦੂਸਰਾ ਫੇਸ ਜਿਹੜਾ ਹੈਗਾ ਹੁਮਾਯੂੰ ਦਾ ਸ਼ੁਰੂ ਹੋ ਜਾਂਦਾ। ਪਰ ਦਿੱਕਤ ਇਹ ਆਉਂਦੀ ਹੈ ਕਿ ਕੁਝ ਮਹੀਨੇ ਹੀ ਇਹ ਦਿੱਲੀ ਤੇ ਰਾਜ ਕਰ ਸਕਿਆ, ਕਿਉਂਕਿ ਐਕਚੁਅਲ ਦੇ ਵਿੱਚ ਕੁਝ ਸਮੇਂ ਬਾਅਦ ਹੀ
ਜਦੋਂ ਥੋੜਾ ਟਾਈਮ ਹੀ ਇਸਨੇ ਸ਼ਾਸਨ ਕੀਤਾ 1555 ਤੇ ਬਣਿਆ ਹੀ ਹੈ ਦੁਬਾਰਾ ਦੂਸਰੇ ਫੇਸ ਵਿੱਚ ਤੋਂ 1556 ਚ ਦਿਨ ਪਨਾਹ ਚ ਆਪਣੀ ਹੀ ਲਾਇਬ੍ਰੇਰੀ ਜਿਹਨੂੰ ਸ਼ੇਰ ਮੰਡਲ ਲਾਇਬ੍ਰੇਰੀ ਦੇ ਨਾਂ ਨਾਲ ਜਾਣਦੇ ਨੇ ਦੀ ਛੱਤ ਤੇ ਨਿਜ਼ਾਮ ਨਮਾਜ਼ ਪੜ੍ਹ ਰਿਹਾ ਸੀ ਤਾਂ ਵਾਪਸ ਆਉਂਦਾ ਪੌੜੀਆਂ ਤੋਂ ਡਿੱਗ ਜਾਂਦਾ ਹੈ ਤੇ ਹਮਾਯੂ ਦੀ ਮੌਤ ਹੋ ਜਾਂਦੀ। ਹਮਾਯੂ ਦਿੱਲੀ ਦੇ ਇੱਕ ਸੂਫੀ ਸੰਤ ਨਿਜ਼ਾਮੂਦੀਨ ਔਲੀਆ ਦਾ ਕਾਫੀ ਅਨੁਯਾਈ ਸੀ। ਠੀਕ ਹੈ, ਅਕਬਰ ਦੇ ਵਿੱਚ ਵੀ ਆਪਾਂ ਪੜ੍ਹਾਂਗੇ ਕਿ ਬਈ ਅਕਬਰ ਦਾ ਜੋ ਜਨਮ ਹੁੰਦਾ ਹੈ, ਠੀਕ ਹੈ, ਉਹ ਵੀ ਬਲੈਸਿੰਗ ਦੇ ਰੂਪ ਦੇ ਵਿੱਚ ਹੀ ਹੁੰਦਾ ਹੈ। ਤਾਂ ਇਹ ਵੀ ਚੀਜ਼ਾਂ ਤੁਸੀਂ ਯਾਦ ਰੱਖ ਸਕੋ। ਤਾਂ ਹਮਾਯੂ ਦਿੱਲੀ ਦੇ ਇੱਕ ਸੂਫੀ ਸੰਤ ਨਿਜ਼ਾਮੂਦੀਨ ਔਲੀਆ ਦਾ ਅਨੁਯਾਈ ਹੋਇਆ ਕਰਦਾ ਸੀ। ਇਸ ਲਈ ਉਸਦੀ ਅੰਤਿਮ ਇੱਛਾ ਸੀ ਕਿ ਮੇਰੇ ਮਰਨ ਤੋਂ ਬਾਅਦ ਮੇਰੀ ਜਿਹੜੀ ਕਬਰ ਹੈ ਉਹ ਨਿਜ਼ਾਮੂਦੀਨ ਔਲੀਆ ਦੀ ਕਬਰ ਦੇ ਕੋਲੇ ਹੀ ਬਣਾਈ ਜਾਣੀ ਚਾਹੀਦੀ ਹੈ। ਤੋ ਦਿੱਲੀ ਵਿੱਚ ਹਜ਼ਰਤ ਨਿਜ਼ਾਮੂਦੀਨ ਔਲੀਆ ਦੀ ਦਰਗਾਹ ਦੇ ਸਾਹਮਣੇ ਹੀ ਬਣਾਇਆ ਗਿਆ ਹੈ ਹਮਾਯੂ ਦਾ ਮਕਬਰਾ। ਇਹ ਪੁਆਇੰਟ ਯਾਦ ਰੱਖਣਾ ਕਾਫੀ ਇੰਪੋਰਟੈਂਟ ਹੈ। ਤੋ ਹਮਾਯੂ ਦਾ ਮਕਬਰਾ ਜਿਸ ਨੂੰ ਇਸਦੀ ਪਤਨੀ ਗਾਜੀ ਬੇਗਮ ਨੇ ਬਣਾਇਆ, ਸੋਰੀ ਹਾਜੀ ਬੇਗਮ ਨੇ ਬਣਾਇਆ ਸੀ, ਇਹ ਪੁਆਇੰਟ ਯਾਦ ਰੱਖਣਾ। ਮਤਲਬ ਐਕਚੁਅਲ ਦੇ ਵਿੱਚ ਪਹਿਲੀ ਗੱਲ ਤਾਂ ਇਹ ਅਨਪੜ੍ਹ ਸੀਗਾ, ਦੂਜੇ ਨੰਬਰ ਤੇ ਇਸਦੀ ਪਤਨੀ ਇਸਨੂੰ ਕਾਫੀ ਪਸੰਦ ਕਰਦੀ ਸੀ, ਇਸ ਕਰਕੇ ਹਾਜੀ ਬੇਗਮ ਨੇ ਇਸਦਾ ਮਕਬਰਾ ਬਣਾਇਆ। ਲੇਕਿਨ ਹਮਾਯੂ ਦੀ ਜੀਵਨੀ ਕਿਸਨੇ ਲਿਖੀ ਹੈ? ਤਾਂ ਉੱਥੇ ਵੀ ਹਾਜੀ ਬੇਗਮ ਨਹੀਂ ਲਾ ਦੇਣਾ, ਕਿਉਂਕਿ ਹਮਾਯੂ ਦੀ ਜੋ ਜੀਵਨੀ ਲਿਖੀ ਹੈ ਉਹ ਇਸਦੀ ਭੈਣ ਨੇ ਲਿਖੀ ਹੈ, ਹਮਾਯੂ ਦੀ ਭੈਣ ਨੇ ਲਿਖੀ ਹੈ, ਗੁਲਬਦਨ ਬੇਗਮ ਨੇ। ਤੋ ਗੁਲਬਦਨ ਬੇਗਮ ਨੇ ਜੋ ਹਮਾਯੂ ਨਾਮਾ ਜਿਹੜਾ ਉਹ ਲਿਖਿਆ, ਔਰ ਜੋ ਹਮਾਯੂ ਦੀ ਕਬਰ ਜਾਂ ਮਕਬਰਾ ਬਣਾਇਆ ਗਿਆ ਉਹ ਕਿਸਨੇ? ਉਹ ਇਸਦੀ ਪਤਨੀ ਨੇ, ਹਾਜੀ ਬੇਗਮ ਨੇ ਜਿਹੜਾ ਸੀ ਉਹ ਇਸਦਾ ਮਕਬਰਾ ਜਿਹੜਾ ਸੀਗਾ ਉਹ ਬਣਾਇਆ ਸੀ। ਆਈ ਥਿੰਕ ਇੱਥੋਂ ਤੱਕ ਤੁਹਾਨੂੰ ਇਹ ਸਟੋਰੀ ਜਿਹੜੀ ਹੈ ਪੂਰੀ ਪੂਰੀ ਸਮਝ ਆ ਗਈ ਹੋਏਗੀ।